ਮਹਿਲਾਵਾਂ ਕਹਿੰਦੀਆਂ ਹਨ ਕਿ ਜਦੋਂ ਅਸੀਂ ਛਿੱਕ ਮਾਰਦੇ ਹਾਂ ਜਾਂ ਸਾਨੂੰ ਖਾਂਸੀ ਹੁੰਦੀ ਹੈ, ਇਸ ਤੋਂ ਇਲਾਵਾ ਜਦੋਂ ਕਈ ਵਾਰੀ ਉਹ ਬੈਠ ਕੇ ਪੈਰਾਂ ਭਾਰ ਇੱਕਦਮ ਉੱਠਦੇ ਹਨ ਜਾਂ ਪੌੜੀਆਂ ਚੜ੍ਹਦੇ ਹਨ ਯਕਦਮ, ਉਸ ਵੇਲੇ ਵੀ ਪਿਸ਼ਾਬ ਦੀ ਲੀਕੇਜ ਉਹਨਾਂ 'ਚ ਹੁੰਦੀ ਹੈ। ਮਾਈਸੈਲਫ ਡਾਕਟਰ ਦਕਸ਼ ਮਹਾਜਨ, ਆਈ ਐਮ ਦ ਕੰਸਲਟੈਂਟ ਜੂਰੋਲੋਜਿਸਟ ਐਂਡ ਕਿਡਨੀ ਟ੍ਰਾਂਸਪਲਾਂਟ ਸਰਜਨ ਐਸੋਸੀਏਟਡ ਵਿਦ ਅਮਨਦੀਪ ਗਰੁੱਪ ਆਫ ਹੋਸਪਿਟਲਸ। ਅੱਜ ਮੈਂ ਤੁਹਾਡੇ ਨਾਲ ਕੁਛ ਜਾਣਕਾਰੀ ਸਾਂਝਾ ਕਰਨਾ ਚਾਹਾਂਗਾ ਯੂਰੋਲੋਜੀਕਲ ਪ੍ਰੋਬਲਮ ਦੇ ਰਿਗਾਰਡਿੰਗ। ਆਮ ਭਾਸ਼ਾ 'ਚ ਪਿਸ਼ਾਬ ਦੀ ਲੀਕੇਜ ਕਿਹਾ ਜਾਂਦਾ ਹੈ, ਨੂੰ ਅਸੀਂ ਯੂਰੀਨਰੀ ਇਨਕੌਂਟੀਨੈਂਸ ਕਹਿੰਦੇ ਹਨ। ਇਹ ਜ਼ਿਆਦਾਤਰ ਮਹਿਲਾਵਾਂ ਵਿੱਚ ਹੀ ਪਾਈ ਜਾਂਦੀ ਹੈ। ਮੇਰੇ ਪ੍ਰੈਕਟਿਸ ਦੇ ਵਿੱਚ ਕਈ ਮਹਿਲਾਵਾਂ ਮੇਰੇ ਕੋਲ ਆਉਂਦੀਆਂ ਹਨ ਅਤੇ ਕਹਿੰਦੀਆਂ ਹਨ ਕਿ ਜਦੋਂ ਅਸੀਂ ਛਿੱਕ ਮਾਰਦੇ ਹਾਂ ਜਾਂ ਸਾਨੂੰ ਖਾਂਸੀ ਹੁੰਦੀ ਹੈ, ਇਸ ਤੋਂ ਇਲਾਵਾ ਜਦੋਂ ਕਈ ਵਾਰੀ ਉਹ ਬੈਠ ਕੇ ਪੈਰਾਂ ਭਾਰ ਇੱਕਦਮ ਉੱਠਦੇ ਹਨ ਜਾਂ ਪੌੜੀਆਂ ਚੜ੍ਹਦੇ ਹਨ ਯਕਦਮ, ਉਸ ਵੇਲੇ ਵੀ ਪਿਸ਼ਾਬ ਦੀ ਲੀਕੇਜ ਉਹਨਾਂ 'ਚ ਹੁੰਦੀ ਹੈ। ਇਹ ਜ਼ਿਆਦਾਤਰ 45 ਸਾਲ ਤੋਂ ਬਾਅਦ ਦੀ ਮਹਿਲਾਵਾਂ ਵਿੱਚ ਪਾਇਆ ਜਾਂਦਾ ਹੈ, ਪਰ ਕਈ ਕੇਸਿਸ ਦੇ ਵਿੱਚ ਇਹ ਛੇਤੀ ਅਰਲੀ ਏਜ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਹੁਣ ਇਹਦੇ ਕਾਰਨਾਂ ਦੇ ਬਾਰੇ ਜੇ ਅਸੀਂ ਗੱਲ ਕਰੀਏ ਤਾਂ ਇਹ ਜ਼ਿਆਦਾਤਰ ਪੇਸ਼ੈਂਟਸ ਉਹਨਾਂ 'ਚ ਹੁੰਦੀਆਂ ਜਿਨ੍ਹਾਂ 'ਚ ਸ਼ੂਗਰ ਦੀ ਪ੍ਰੋਬਲਮ ਚੱਲਦੀ ਪਈ ਹੈ ਜਾਂ ਫਿਰ ਜਿਨ੍ਹਾਂ 'ਚ ਕੋਈ ਨਸਾਂ ਦੇ ਪ੍ਰੋਬਲਮਸ ਦੀ ਟ੍ਰੀਟਮੈਂਟ ਚੱਲਦਾ ਪਿਆ ਹੈ ਜਾਂ ਫਿਰ ਜਿਨ੍ਹਾਂ ਦੀ ਕੋਈ ਪੁਰਾਣੀ ਸਰਜਰੀਜ਼ ਹੋਈਆਂ ਪੇਟ ਦੀਆਂ ਇੱਕ ਤੋਂ ਜਾਂ ਉਸ ਤੋਂ ਜ਼ਿਆਦਾ, ਜਾਂ ਫਿਰ ਜਿਨ੍ਹਾਂ ਦੀ ਨੋਰਮਲ ਡਿਲੀਵਰੀਜ਼ ਹੋਈਆਂ, ਉਹਨਾਂ ਦੇ ਵਿੱਚ ਇਹ ਪ੍ਰੋਬਲਮ ਦੇਖਣ ਨੂੰ ਜ਼ਿਆਦਾ ਮਿਲਦੀ ਹੈ। ਹੁਣ ਇਸ ਪ੍ਰੋਬਲਮ ਦਾ ਮੁੱਖ ਕਾਰਨ ਹੈ ਕਿ ਜਿਹੜੇ ਤੁਹਾਡੇ ਚੂਲ੍ਹੇ ਦੇ ਮਾਸਪੇਸ਼ੀਆਂ ਹੁੰਦੀਆਂ ਹਨ ਉਹਨਾਂ 'ਚ ਕਮਜ਼ੋਰੀ ਆ ਜਾਂਦੀ ਹੈ। ਇਹ ਚੂਲ੍ਹੇ ਦੀ ਮਾਸਪੇਸ਼ੀਆਂ ਦਾ ਕੰਮ ਹੁੰਦਾ ਹੈ ਪਿਸ਼ਾਬ ਨੂੰ ਰੋਕ ਕੇ ਰੱਖਣਾ। ਜਦੋਂ ਇਹਨਾਂ 'ਚ ਕਮਜ਼ੋਰੀ ਆ ਜਾਂਦੀ ਹੈ ਤਾਂ ਫਿਰ ਪਿਸ਼ਾਬ ਦੀ ਲੀਕੇਜ ਸਟਾਰਟ ਹੋ ਜਾਂਦੀ ਹੈ। ਅਤੇ ਜਦੋਂ ਸਾਡੇ ਕੋਲ ਕੋਈ ਇਹੋ ਜਿਹਾ ਪੇਸ਼ੈਂਟ ਆਉਂਦਾ ਹੈ, ਅਸੀਂ ਉਹਦੇ ਕੁਛ ਫੇਅਰਲੀ ਸਿੰਪਲ ਟੈਸਟ ਕਰਾਉਂਦੇ ਹਾਂ ਜਿਵੇਂ ਕਿ ਪਿਸ਼ਾਬ ਦਾ ਟੈਸਟ ਹੋ ਗਿਆ, ਅਲਟਰਾਸਾਊਂਡ ਹੋ ਗਈ ਅਤੇ ਜਨਰਲ ਇੱਕ ਚੈੱਕਅਪ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਇਹਨਾਂ ਦਾ ਇੱਕ ਵਾਰ ਡਾਇਗਨੋਸਿਸ ਬਣ ਜਾਂਦਾ ਹੈ ਕਿ ਹਾਂ ਇਹ ਮਾਸਪੇਸ਼ੀਆਂ ਦੀ ਕਮਜ਼ੋਰੀ ਕਰਕੇ ਪਿਸ਼ਾਬ ਦੀ ਲੀਕੇਜ ਹੈ, ਅਤੇ ਉਹਦੇ ਫਿਰ ਅਸੀਂ ਟ੍ਰੀਟਮੈਂਟ ਪ੍ਰੋਟੋਕੋਲ ਸਟਾਰਟ ਕਰਦੇ ਹਨ ਕਿ ਕਿੰਨੀ ਕੁ ਪ੍ਰੋਬਲਮ ਪੇਸ਼ੈਂਟ ਨੂੰ ਹੈ। ਜੇ ਤਾਂ ਜ਼ਿਆਦਾ ਪ੍ਰੋਬਲਮ ਨਾ ਹੋਏ ਤਾਂ ਸਿਰਫ ਕੁਛ ਐਕਸਰਸਾਈਜ਼ ਦੱਸੀਆਂ ਜਾਂਦੀਆਂ ਹਨ ਜਿਹੜੇ ਕਰਕੇ ਪੇਸ਼ੈਂਟ ਨੂੰ ਹੌਲੀ ਹੌਲੀ ਉਹਦੀ ਮਾਸਪੇਸ਼ੀਆਂ 'ਚ ਤਾਕਤ ਵੱਧਦੀ ਹੈ ਅਤੇ ਉਹਨਾਂ ਦਾ ਪਿਸ਼ਾਬ ਦੇ ਉੱਤੇ ਕੰਟਰੋਲ ਵਾਪਸ ਆ ਜਾਂਦਾ ਹੈ। ਜਿਨ੍ਹਾਂ ਨੂੰ ਥੋੜ੍ਹੀ ਜ਼ਿਆਦਾ ਪ੍ਰੋਬਲਮ ਹੋਏ ਉਹਨਾਂ ਨੂੰ ਕੁਛ ਮੈਡੀਸਿਨਸ ਵੀ ਐਡ ਕੀਤੀਆਂ ਜਾਂਦੀਆਂ ਹਨ ਜਿਹੜੀ ਕਿ ਹੈਲਪ ਕਰਦੀਆਂ ਹਨ ਕੰਟਰੋਲ ਨੂੰ ਵਾਪਸ ਲਿਆਉਣ 'ਚ। ਜ਼ਿਆਦਾਤਰ 75-80% ਲੋਕਾਂ 'ਚ ਇਹ ਪ੍ਰੋਬਲਮ ਮੈਡੀਸਿਨਸ ਜਾਂ ਇਕੱਲੀ ਐਕਸਰਸਾਈਜ਼ ਨਾਲ ਹੀ ਠੀਕ ਹੋ ਜਾਂਦੀ ਹੈ, ਪਰ ਜੇ ਕੁਛ ਮਹਿਲਾਵਾਂ ਜਿਨ੍ਹਾਂ ਵਿੱਚ ਇਹ ਚੀਜ਼ਾਂ ਮਾਤਰਾ 'ਚ ਪਾਈ ਜਾਂਦੀਆਂ ਹਨ ਜਿਵੇਂ ਕਿ ਦਵਾਈਆਂ ਜਾਂ ਐਕਸਰਸਾਈਜ਼ ਕਰਨ ਤੋਂ ਬਾਅਦ ਵੀ ਦਿੱਕਤ ਚੱਲ ਰਹੀ ਹੈ, ਫਿਰ ਉਹਨਾਂ ਨੂੰ ਇੱਕ ਛੋਟੀ ਜਿਹੀ ਸਰਜਰੀ ਐਡਵਾਈਸ ਕੀਤੀ ਜਾਂਦੀ ਹੈ। ਇਹ ਸਰਜਰੀ ਦੇ ਵਿੱਚ ਅਸੀਂ ਇੱਕ ਪਤਲੀ ਜਿਹੀ ਜਾਲੀ ਜਿਹੜੀ ਹੈ ਉਹ ਪਿਸ਼ਾਬ ਵਾਲੇ ਏਰੀਆ ਦੇ ਵਿੱਚ ਪਲੇਸ ਕਰਾਉਂਦੇ ਹਾਂ ਜਿਹਦੇ ਕਰਕੇ ਕਿ ਉਹ ਮਾਸਪੇਸ਼ੀਆਂ ਨੂੰ ਸਪੋਰਟ ਦਿੰਦੀ ਹੈ ਅਤੇ ਇਹਨਾਂ ਦੀ ਇਹ ਪ੍ਰੋਬਲਮ ਤੋਂ ਨਿਜਾਤ ਪਾਇਆ ਜਾਂਦਾ ਹੈ। ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹਨ ਤਾਂ ਮੇਰੀ OPD ਅਮਨਦੀਪ ਮੈਡੀਸਿਟੀ ਵਿੱਚ ਹੈਗੀ ਹੈ, ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਸਵੇਰੇ 11 ਤੋਂ ਦੁਪਹਿਰੇ 2 ਵਜੇ।